ਗੁਰਸੇ ਸ਼ਿਖਾਲਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਅੱਜ ਦੀ ਇਹ ਵੀਡੀਓ ਜੋ ਹੈ ਜੀ ਉਹਨਾਂ ਕੈਂਡੀਡੇਟਸ ਦੇ ਲਈ ਆ ਜੋ ਪੰਜਾਬੀ ਦਾ ਮੌਕ ਟੈਸਟ ਦੇਣਾ ਚਾਹੁੰਦੇ ਨੇ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ 14 ਜੂਨ 2020 ਨੂੰ ਸ਼ਾਮੀ 5 ਵਜੇ ਆਪਾਂ ਇੱਕ ਮੌਕ ਟੈਸਟ ਕੰਡਕਟ ਕਰਨ ਜਾ ਰਹੇ ਹਾਂ ਤੇ ਇਹ ਜੋ ਹੈ ਜੀ ਇਹ ਉਹਨਾਂ ਕੈਂਡੀਡੇਟਸ ਦੇ ਲਈ ਹੈ ਸਪੈਸ਼ਲੀ ਜੋ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਨੇ ਬਾਕੀ ਅਗਰ ਤੁਸੀਂ ਕਿਸੇ ਵੀ ਹੋਰ ਸਟੇਟ ਦੇ ਪੰਜਾਬੀ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਵੀ ਤੁਹਾਡੇ ਲਈ ਮੌਕ ਟੈਸਟ ਹੋਊਗਾ ਹੋਲ ਰਹੇਗਾ ਕਿਉਂਕਿ ਸਾਰੇ ਇਕੁਏਸ਼ਨਸ ਜੋ ਨੇ ਜਿਓ ਹੋ ਪੰਜਾਬੀ ਲਿਟਰੇਚਰ ਪੰਜਾਬੀ ਕਲਚਰ ਦੇ ਵਿੱਚ ਉਹੀ ਪੁੱਛੇ ਜਾਣਗੇ ਤੇ ਪੇਪਰ ਦਾ ਪੈਟਰਨ ਜੋ ਹੈ ਕੀ ਹੋਏਗਾ ਤੁਹਾਨੂੰ ਕਿੰਨਾ ਟਾਈਮ ਮਿਲੇਗਾ ਤੇ ਕਿਸ ਤਰ੍ਹਾਂ ਇਹ ਟੈਸਟ ਕੰਡਕਟ ਕੀਤਾ ਜਾਣਾ ਹੈ ਉਹਦੇ ਬਾਰੇ ਜੋ ਡਿਟੇਲਸ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਕਿਉਂਕਿ ਕਈਆਂ ਨੂੰ ਨਹੀਂ ਸੀ ਪਤਾ ਲੱਗ ਰਿਹਾ ਮੈਂ ਵੈਸੇ ਇਨਫੋ ਸਾਰੀ ਸ਼ੇਅਰ ਆਲਰੇਡੀ ਕਰ ਚੁੱਕੀ ਹਾਂ ਈਵਨਿੰਗ ਦੇ ਵਿੱਚ ਤੇ ਰੋਲ ਨੰਬਰਸ ਵੀ ਅਪਡੇਟ ਕਰ ਦਿੱਤੇ ਗਏ ਨੇ ਸਟਿਲ ਅਗਰ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਤਾਂ ਉਹ ਵੀਡੀਓ ਜ਼ਰੂਰ ਧਿਆਨ ਨਾਲ ਦੇਖਣ ਕਿਉਂਕਿ ਇਹਦੇ ਅਕੋਰਡਿੰਗ ਹੀ ਜੋ ਹੈ ਤੁਹਾਡਾ ਟੈਸਟ ਕੰਡਕਟ ਕੀਤਾ ਜਾਣਾ ਹੈ ਦੇ ਉਸ ਦੇ ਅਕੋਰਡਿੰਗ ਹੀ ਜੋ ਹੈ ਤੁਹਾਡਾ ਰਿਜ਼ਲਟ ਬਣਾਇਆ ਜਾਏਗਾ ਤੇ ਇਹ ਵੇਲੇ ਮੌਕ ਟੈਸਟ ਦੀ ਜੀ ਤੁਹਾਨੂੰ ਇੱਕ ਹੋਰ ਖਾਸ ਗੱਲ ਦੱਸਾਂ ਕਿ ਤੁਹਾਨੂੰ ਇੱਕ ਜੋ ਹੈ ਜਿਵੇਂ ਤੁਹਾਡਾ ਐਕਚੁਅਲ ਦੇ ਵਿੱਚ ਐਗਜ਼ਾਮ ਹੁੰਦਾ ਇੱਕ ਉਹ ਰੀਅਲ ਫੀਲ ਦੇਣ ਦੇ ਲਈ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਤੁਸੀਂ ਕਿੱਥੇ ਕੋ ਸਟੈਂਡ ਕਰਦੇ ਹੋ ਕਿਉਂਕਿ ਹਲੇ ਐਗਜ਼ਾਮ ਹੋਣ ਦੇ ਵਿੱਚ ਕਾਫੀ ਟਾਈਮ ਹੈ ਹਲੇ ਐਗਜ਼ਾਮ ਨਹੀਂ ਹੋਣਾ ਲਾਕਡਾਊਨ ਕਰਕੇ ਤੇ ਜਦੋਂ ਵੀ ਕੰਡੀਸ਼ਨਸ ਸਹੀ ਹੁੰਦੀਆਂ ਨੇ ਐਗਜ਼ਾਮ ਉਹਦੋਂ ਲਿਆ ਜਾਣਾ ਸੋ ਹਲੇ ਤੁਹਾਡੇ ਕੋਲ ਐਮਪਲ ਟਾਈਮ ਹੈ ਸਫੀਸ਼ੀਐਂਟ ਟਾਈਮ ਹੈ ਸੋ ਉਸ ਟਾਈਮ ਦੇ ਦੌਰਾਨ ਤੁਹਾਨੂੰ ਪਤਾ ਲੱਗ ਜੇਗਾ ਕਿ ਤੁਹਾਡੀ ਜੋ ਤਿਆਰੀ ਹੈ ਕਿੰਨੀ ਕੁ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਹੋਰ ਤਿਆਰੀ ਜੋ ਹੈ ਕਰਨੀ ਚਾਹੀਦੀ ਹੈ ਤੇ ਤੁਸੀਂ ਪੰਜਾਬੀ ਸਿਲੇਬਸ ਦੇ ਵਿੱਚ ਕਿਹੜੇ ਸੈਕਸ਼ਨ ਦੇ ਵਿੱਚ ਜ਼ਿਆਦਾ ਵੀਕ ਹੋ ਪੇਪਰ ਕਰਕੇ ਤੁਹਾਨੂੰ ਆਪਣੇ ਆਪ ਪਤਾ ਲੱਗ ਜੇਗਾ ਠੀਕ ਹੈ ਜੀ ਤੇ ਸੈਕੰਡਲੀ ਇਹ ਵਾਲਾ ਮੌਕ ਟੈਸਟ ਜੋ ਹੈ ਉਹ ਬਿਲਕੁਲ ਫ੍ਰੀ ਹੈ ਸਾਰਿਆਂ ਦੇ ਲਈ ਕੋਈ ਵੀ ਇਹਦੇ ਲਈ ਜੋ ਹੈ ਅਪੀਅਰ ਹੋ ਸਕਦਾ ਹੈ ਤੇ ਮੈਂ ਐਕਸਪੈਕਟ ਕੀਤਾ ਸੀ ਕਿ ਅਰਾਊਂਡ 50 ਕੈਂਡੀਡੇਟਸ ਹੋਣਗੇ ਬਟ ਕੈਂਡੀਡੇਟਸ ਜੋ ਨੇ ਜੀ ਮੈਨੂੰ ਵੀ ਹੈਰਾਨੀ ਹੋ ਰਹੀ ਹੈ ਕਿ 130 ਦਾ ਹੋ ਚੁੱਕੇ ਨੇ ਤੇ ਹਲੇ ਬਹੁਤ ਜਣਿਆਂ ਦੇ ਨਾਮ ਪੈਂਡਿੰਗ ਨੇ ਜਿਨ੍ਹਾਂ ਦੇ ਮੈਂ ਐਡ ਨਹੀਂ ਕਰ ਪਾਈ ਸੋ ਆਈ ਹੋਪ ਕਿ ਸਾਰਿਆਂ ਨੂੰ ਹੀ ਮੌਕਾ ਦਵਾਂਗੇ ਸਾਰੇ ਹੀ ਲਾਭ ਉਠਾਉਣ ਇਸ ਚੀਜ਼ ਦਾ ਤੇ ਥੋੜੇ ਜਿਹੀ ਚੇਂਜੇਸ ਕੀਤੇ ਨੇ ਉਹ ਮੈਂ ਹੁਣ ਤੁਹਾਨੂੰ ਸਾਰੇ ਦੱਸ ਦਿੰਨੀ ਹਾਂ ਸੋ ਜੀ ਜੋ ਜੋ ਪੁਆਇੰਟਸ ਮੈਂ ਦੱਸ ਰਹੀ ਹਾਂ ਪਲੀਜ਼ ਧਿਆਨ ਨਾਲ ਸੁਣਿਓ ਡੇਟ ਜੋ ਹੈ ਜੀ 14 ਜੂਨ 2020 ਐਤਵਾਰ ਦਾ ਦਿਨ ਹੈ ਉਸ ਦਿਨ ਕਿਉਂਕਿ ਮੈਕਸਿਮਮ ਲੋਕ ਜੋ ਨੇ ਫ੍ਰੀ ਹੁੰਦੇ ਨੇ ਜਿਹੜੇ ਕਈ ਜਿਵੇਂ ਜੌਬਸ ਵਗੈਰਾ ਕਰਦੇ ਨੇ ਆਨਲਾਈਨ ਟੀਚਿੰਗ ਕਰ ਰਹੇ ਨੇ ਟੀਚਰਸ ਤਾਂ ਸਾਰੇ ਫ੍ਰੀ ਹੋਣਗੇ ਸੰਡੇ ਨੂੰ ਤੇ ਈਵਨਿੰਗ ਦਾ ਟਾਈਮ ਰੱਖਿਆ ਤੇ ਟਾਈਮ ਜੋ ਹੈ ਜੀ ਤੁਹਾਡਾ 5 ਵਜੇ ਸ਼ੁਰੂ ਹੋ ਜਾਣਾ ਐਗਜ਼ੈਕਟ ਟੈਸਟ ਤੇ 5 ਵਜੇ ਤੋਂ ਅਗਰ ਤੁਸੀਂ ਲੇਟ ਆਉਣੇ ਹੋ ਤਾਂ ਤੁਹਾਡੀ ਐਂਟਰੀ ਜੋ ਹੈ ਉਹ ਪਲੀਜ਼ ਨਹੀਂ ਹੋਏਗੀ ਟੈਸਟ ਦੇ ਵਿੱਚ ਸੋ ਜਿਸ ਤਰ੍ਹਾਂ ਤੁਸੀਂ ਐਗਜ਼ਾਮ ਦੇ ਵਿੱਚ ਜਾਨੇ ਹੋ ਉਦਾਂ ਹੀ ਪਲੀਜ਼ ਮੌਕ ਟੈਸਟ ਨੂੰ ਵੀ ਜੋ ਹੈ ਸੀਰੀਅਸਲੀ ਲੈਣਾ ਤੇ ਐਗਜ਼ੈਕਟ 5 ਵਜੇ ਤੁਹਾਡਾ ਟੈਸਟ ਜੋ ਹੈ ਸਟਾਰਟ ਹੋ ਜਾਏਗਾ ਤੇ ਨੰਬਰ ਐਂਡ ਟਾਈਪ ਆਫ ਕੁਐਸ਼ਨਸ ਇੱਥੇ 100 ਐਮਸੀਕਿਊ ਲਿਖਿਆ ਹੋਇਆ ਬਟ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਆਪਾਂ 150 ਕੁਐਸ਼ਨਸ ਹੀ ਕਰੀਏ ਕਿਉਂਕਿ ਤੁਹਾਨੂੰ ਪੇਪਰ ਦੇ ਵਿੱਚ 150 ਕੁਐਸ਼ਨਸ ਆਉਂਦੇ ਨੇ ਤੇ 150 ਹੀ ਮਿੰਟ ਮਿਲਦੇ ਨੇ ਸੋ ਟਾਈਮ ਜੀ ਤੁਹਾਡਾ ਆਪਾਂ ਦਾ ਹੀ ਸੈੱਟ ਕਰ ਲਾਂਗੇ ਜੇ 100 ਐਮਸੀਕਿਊ ਹੁੰਦੇ ਨੇ ਤਾਂ ਤੁਹਾਨੂੰ ਜੀ 5 ਤੋਂ 6:40 ਦਾ ਟਾਈਮ ਮਿਲੇਗਾ ਤੇ ਅਗਰ 150 ਐਮਸੀਕਿਊਜ਼ ਹੁੰਦੇ ਨੇ ਤਾਂ 50 ਕੁਐਸ਼ਨਸ ਦਾ ਟਾਈਮ ਜੋ ਹੈ ਵਧਾ ਦਿੱਤਾ ਜਾਏਗਾ ਠੀਕ ਹੈ ਜੀ ਤੇ ਆਨਸਰਸ ਜੋ ਨੇ ਤੁਸੀਂ ਆਪਣੇ ਸਬਮਿਟ ਕਰਨੇ ਨੇ ਅਗਰ ਤੁਹਾਡਾ ਟੈਸਟ ਜੋ ਹੈ 6:40 ਤੇ ਖਤਮ ਹੁੰਦਾ ਹੈ ਤਾਂ ਉਸ ਤੋਂ 10 ਮਿੰਟ ਦੇ ਅੰਦਰ ਅੰਦਰ ਤੁਸੀਂ ਆਪਣੇ ਸਾਰਿਆਂ ਨੇ ਆਨਸਰਸ ਜੋ ਨੇ ਸਬਮਿਟ ਕਰ ਦੇਣੇ ਨੇ ਤੇ ਉਹ ਵੀ ਤੁਹਾਨੂੰ ਤਰੀਕਾ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਤੁਸੀਂ ਸਬਮਿਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਅਗਰ ਤੁਸੀਂ ਆਨਸਰ ਸ਼ੀਟਸ ਦੇਓ ਤਾਂ ਪਲੀਜ਼ ਉਹ ਕਨਸਿਡਰ ਨਹੀਂ ਕੀਤੇ ਜਾਣੇ ਸੋ ਪੰਚੁਅਲ ਰਹੋ ਆਪਣੇ ਟੈਸਟ ਦੇ ਵਿੱਚ ਤੇ ਆਨਸਰ ਸ਼ੀਟਸ ਜੋ ਨੇ ਜੀ ਪਹਿਲਾਂ ਤਾਂ ਸੋਚਿਆ ਸੀ ਕਿ ਅਸੀਂ ਖੁਦ ਚੈੱਕ ਕਰ ਦਾਂਗੇ ਬਟ ਹੁਣ ਕੈਂਡੀਡੇਟਸ ਬਹੁਤ ਜ਼ਿਆਦਾ ਹੋ ਰਹੇ ਨੇ ਸੋ ਹੁਣ ਇਹ ਤਰੀਕਾ ਸੋਚਿਆ ਕਿ ਆਨਸਰ ਕੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਤੇ ਤੁਸੀਂ ਸਾਰੇ ਆਪਣੇ ਆਨਸਰਸ ਜੋ ਨੇ ਚੈੱਕ ਕਰ ਲਿਓ ਤੇ ਸਕੋਰਸ ਸਾਰੇ ਹੀ ਸ਼ੇਅਰ ਕਰਿਓ ਠੀਕ ਹੈ ਜੀ ਤੇ ਜਿਸ ਤਰ੍ਹਾਂ एग्जाम ਦੇ ਵਿੱਚ ਹੁੰਦਾ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੁੰਦੀ ਤਾਂ ਇਹਦੇ ਵਿੱਚ ਵੀ ਤੁਹਾਡੀ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੈ ਬਟ ਅਗਰ ਤੁਹਾਡਾ ਕੋਈ ਆਨਸਰ ਅਨਕਲੀਅਰ ਹੈ ਜਾਂ ਤੁਸੀਂ ਕਿਸੇ ਇੱਕ ਕੁਐਸ਼ਨ ਦੀਆਂ ਦੋ ਆਪਸ਼ਨਸ ਲਿਖਿਆ ਨੇ ਤਾਂ ਤੁਹਾਡਾ ਆਨਸਰ ਜੋ ਹੈ ਗਲਤ ਮੰਨਿਆ ਜਾਏਗਾ ਤੇ ਇਸ ਤੋਂ ਬਾਅਦ ਜੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਨਾ ਤਿੰਨ ਲਿਸਟ ਮਿਲਣਗੀਆਂ ਤੁਹਾਨੂੰ ਜਿਹਦੇ ਵਿੱਚ ਰਜਿਸਟਰਡ ਕੈਂਡੀਡੇਟਸ ਦੇ ਨਾਮ ਨੇ ਤਾਂ ਆਪਣੇ ਰੋਲ ਨੰਬਰ ਜ਼ਰੂਰ ਨੋਟ ਡਾਊਨ ਕਰ ਲਿਓ ਕਿਉਂਕਿ ਜਦੋਂ ਬਾਅਦ ਵਿੱਚ ਆਪਾਂ ਲਿਸਟ ਬਣਾਵਾਂਗੇ ਉਹਦੇ ਵਿੱਚ ਬਹੁਤ ਕੰਮ ਆਉਣਗੇ ਤੇ ਕੋਈ ਕਨਫਿਊਜ਼ਨ ਨਹੀਂ ਹੋਏਗੀ ਕਿਉਂਕਿ ਇੱਕ ਹੀ ਨਾਮ ਦੇ 10-10 ਕੈਂਡੀਡੇਟਸ ਨੇ ਠੀਕ ਹੈ ਸੋ ਉਸ ਤੋਂ ਬਾਅਦ ਜੀ ਆਨਸਰਸ ਜਿਹਨੇ ਉਹ ਤੁਸੀਂ ਫਾਰਮੈਟ ਨਾਲ ਅਟੈਚ ਕੀਤਾ ਹੋਇਆ ਉਹਦੇ ਅਕੋਰਡਿੰਗ ਹੀ ਲਿਖਣੇ ਨੇ ਆਪਣੇ ਤੇ ਜਿਹੜਾ ਤੁਹਾਡਾ ਰਿਜ਼ਲਟ ਹੈ ਰਿਜ਼ਲਟ ਦਾ ਮਤਲਬ ਇੱਥੇ ਏ ਹੈ ਕਿ ਜਦੋਂ ਤੁਸੀਂ ਸਾਰੇ ਆਪਣੇ ਆਨਸਰਸ ਵਗੈਰਾ ਕਰ ਲੋਗੇ ਚੈੱਕ ਕਰ ਲੋਗੇ ਤਾਂ ਤੁਹਾਡੇ ਸਕੋਰਸ ਦੇ ਅਕੋਰਡਿੰਗ ਜੋ ਹੈ ਜੀ ਆਪਾਂ ਇੱਕ ਲਿਸਟ ਤਿਆਰ ਕਰਾਂਗੇ ਤਾਂ ਕਿ ਉਹਦੇ ਵਿੱਚ ਤੁਹਾਨੂੰ ਇਹ ਪਤਾ ਚੱਲ ਜੇ ਕਿ ਕੰਪੀਟੀਸ਼ਨ ਅਗਰ ਤੁਹਾਡੇ ਇੰਨੇ ਕੈਂਡੀਡੇਟਸ ਦੇ ਨਾਲ ਹੁੰਦਾ ਹੈ ਤਾਂ ਤੁਸੀਂ ਕਿਸ ਨੰਬਰ ਤੇ ਸਟੈਂਡ ਕਰ ਰਹੇ ਹੋ ਹਲੇ ਠੀਕ ਹੈ ਜੀ ਸੋ ਰਿਜ਼ਲਟ ਜਿਹੜਾ ਜੀ ਉਹ 2 ਦਿਨ ਬਾਅਦ ਆਪਾਂ 17 ਜੂਨ ਨੂੰ ਇਹਦਾ ਜੋ ਹੈ 3 ਦਿਨ ਬਾਅਦ ਡਿਕਲੇਅਰ ਕਰ ਦਾਂਗੇ ਤੁਹਾਡਾ ਤੇ ਹੁਣ ਦੇਖੋ ਤੁਸੀਂ ਆਨਸਰ ਲਿਖਨੇ ਕਿਵੇਂ ਨੇ ਜਿਵੇਂ ਤੁਹਾਨੂੰ 150 ਕੁਐਸਚਨ ਆਉਂਦਾ ਤਾਂ ਕੁਐਸਚਨ ਨੰਬਰ 1 ਪਾ ਕੇ ਅੱਗੇ ਆਨਸਰ ਕੀ ਲਿਖ ਕੇ ਉਹਦੇ ਵਿੱਚ ਜੀ ਤੁਸੀਂ ਸਹੀ ਆਪਸ਼ਨ ਲਿਖਣੀ ਹੈ 1 ਦੀ ਅਗਰ ਆਪਸ਼ਨ A ਸਹੀ ਹੈ ਤਾਂ A ਲਿਖ ਦਿਓ ਇਸ ਤਰ੍ਹਾਂ ਸਾਰੇ ਦੇ ਸਾਰੇ ਕੁਐਸਚਨਸ ਦਾ ਤੁਸੀਂ ਨੰਬਰ ਪਾ ਕੇ ਉਹਦੇ ਅੱਗੇ ਆਨਸਰ ਦੀ ਆਪਸ਼ਨ ਲਿਖਣੀ ਹੈ ਠੀਕ ਹੈ ਜੀ ਸੋ ਉਸ ਤੋਂ ਇਲਾਵਾ ਨੀਚੇ ਰੋਲ ਨੰਬਰਸ ਆਪਣੇ ਜ਼ਰੂਰ ਨੋਟਾਉਨ ਕਰ ਲਿਓ ਸਾਰੇ ਜਣੇ ਕਿਉਂਕਿ ਜਿਸ ਦਿਨ ਤੁਸੀਂ ਟੈਸਟ ਕਰੋਗੇ ਉਸ ਦਿਨ ਰਿਕੁਆਇਰਡ ਹੋਣਗੇ ਉਹ ਤੇ ਨੀਚੇ ਮੈਂ ਸਾਰਿਆਂ ਦੀਆਂ ਕੈਂਡੀਡੇਟਸ ਦੀਆਂ ਲਿਸਟ ਜੋ ਨੇ ਉਹ ਤਿਆਰ ਵੀ ਕਰਤੀਆਂ ਨੇ ਤੇ ਰੋਲ ਨੰਬਰ ਅੱਗੇ 159 60 61 62 ਇਦਾਂ ਸਾਰਿਆਂ ਦਾ ਲਿਖਿਆ ਹੋਇਆ ਆਪਣੀ ਸਿਟੀ ਦਾ ਨਾਮ ਤੇ ਆਪਣਾ ਨਾਮ ਪੜ੍ਹ ਕੇ ਆਪਣਾ ਰੋਲ ਨੰਬਰ ਜੋ ਹੈ ਉਹ ਅੱਜ ਹੀ ਨੋਟਾਉਨ ਕਰਕੇ ਰੱਖ ਲਓ ਤੇ ਇਸ ਤੋਂ ਇਲਾਵਾ ਜੀ ਹੋਰ ਵੀ ਬਹੁਤ ਸਾਰੇ ਸਰਪ੍ਰਾਈਜ਼ਸ ਆ ਰਹੇ ਨੇ ਸਪੈਸ਼ਲੀ ਪੰਜਾਬੀ ਮਾਸਟਰ ਗ੍ਰੈਜੂਏਟਰ ਦੇ ਕੈਂਡੀਡੇਟਸ ਦੇ ਲਈ ਤੇ ਮੁੱਖ ਜੋ ਹੈ ਜੀ ਇੱਕ ਬਹੁਤ ਜਲਦੀ ਲੈ ਕੇ ਆ ਰਹੇ ਹਾਂ ਜ ਜਿਹਦੇ ਵਿੱਚ ਤੁਹਾਨੂੰ ਪ੍ਰੈਕਟਿਸ ਦੇ ਲਈ ਕਾਫੀ ਸਾਰੇ ਪੇਪਰਸ ਮਿਲਣਗੇ ਸੋ ਜਲਦ ਹੀ ਉਹਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਾਂਗੇ ਤੇ ਉਸ ਤੋਂ ਇਲਾਵਾ ਜੀ ਐਸਐਸਟੀ ਬਾਰੇ ਵੀ ਪੁੱਛ ਰਹੇ ਸੀ ਕਈ ਕੈਂਡੀਡੇਟਸ ਕੇਸ ਐਸਐਸਟੀ ਦਾ ਵੀ ਕੰਡਕਟ ਕਰੋ ਤਾਂ ਇਹ ਜੀ ਸਭ ਤੋਂ ਪਹਿਲਾਂ ਪੰਜਾਬੀ ਦਾ ਟ੍ਰਾਇਲ ਕਰ ਰਹੇ ਹਾਂ ਅਗਰ ਇਹ ਸਫਲ ਹੁੰਦਾ ਹੈ ਫੀਡਬੈਕ ਵਧੀਆ ਆਉਂਦੀ ਹੈ ਤੇ ਕੈਂਡੀਡੇਟਸ ਨੂੰ ਬੈਨੀਫਿਟ ਹੁੰਦਾ ਹੈ ਤਾਂ ਆਪਾਂ ਐਸਐਸਟੀ ਦਾ ਵੀ ਇਸੇ ਤਰ੍ਹਾਂ ਕੰਡਕਟ ਕਰਾਂਗੇ ਤੇ ਹਲੇ ਵੀ ਜਿਨ੍ਹਾਂ ਨੇ ਐਡ ਹੋਣਾ ਹੋ ਸਕਦੇ ਨੇ ਕਿਉਂਕਿ ਪਹਿਲਾਂ ਰੈਸਟ੍ਰਿਕਸ਼ਨ ਸੀ ਗਈ ਕਿਉਂਕਿ ਅਨਸਰ ਕੀਜ਼ ਅਸੀਂ ਚੈੱਕ ਕਰਨੀ ਐਸੀ ਬਟ ਹੁਣ ਅਗਰ ਤੁਹਾਡੇ ਕੋਈ ਸਕੇ ਸੰਬੰਧੀ ਨੇ ਜਾਂ ਕੋਈ ਦੋਸਤ ਮਿੱਤਰ ਨੇ ਉਹ ਨਹੀਂ ਐਡ ਹੋ ਪਾਏ ਤਾਂ ਉਹਨਾਂ ਨੂੰ ਹਲੇ ਵੀ ਤੁਸੀਂ ਇਸ ਵੀਡੀਓ ਦਾ ਲਿੰਕ ਭੇਜ ਸਕਦੇ ਹੋ ਤੇ ਉਹ ਹਲੇ ਵੀ ਐਡ ਹੋ ਸਕਦੇ ਨੇ ਸੋ 150 ਦੇ ਕਰੀਬ ਕੈਂਡੀਡੇਟਸ ਹੋ ਚੁੱਕੇ ਨੇ ਤੇ ਹੋਰ ਵੀ ਜਿੰਨੇ ਹੋਣਾ ਚਾਹੁੰਦੇ ਨੇ ਹੁਣ ਆਪਣੀ ਖੁਸ਼ੀ ਨਾਲ ਹੋ ਸਕਦੇ ਨੇ ਬਟ ਹਾਂਜੀ ਟਾਈਮ ਬਹੁਤ ਸਟ੍ਰਿਕਟ ਰਹੇਗਾ ਇਹਦਾ 5 ਵਜੇ ਐਗਜੈਕਟ ਸਟਾਰਟ ਹੋ ਜਾਣਾ ਜੇ ਅਗਰ ਕੋਈ ਉਸ ਤੋਂ ਬਾਅਦ ਆਉਂਦਾ ਹੈ ਤਾਂ ਜੀ ਉਹਦਾ ਅਸੈਪਟ ਨਹੀਂ ਕੀਤਾ ਜਾਏਗਾ ਟੈਸਟ ਠੀਕ ਹੈ ਜੀ ਸੋ ਸੀਏ ਮੈਂ ਮੈਂ ਡਿਟੇਲਸ ਅਗਰ ਸਟਿਲ ਅਗਰ ਕਿਸੇ ਨੂੰ ਵੀ ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਤੇ ਸਿਲੇਬਸ ਜੀ ਤੁਹਾਡਾ ਜੋ ਮਾਸਟਰ ਕੈਡਰ ਦਾ ਹੈ ਉਹਦੇ ਵਿੱਚੋਂ ਹੀ ਕੁਐਸ਼ਨ ਆਉਣਗੇ ਕੋਈ ਕੁਐਸ਼ਨ ਉਹਦੇ ਵਿੱਚੋਂ ਮਤਲਬ ਉਹਦੇ ਬਾਹਰੋਂ ਨਹੀਂ ਆਏਗਾ ਠੀਕ ਹੈ ਤੇ ਜਿਨ੍ਹਾਂ ਨੇ ਹਲੇ ਵੀ ਤਿਆਰੀ ਕਰ ਰਹੇ ਨੇ ਆਪਣੀ ਟੈਸਟ ਦੀ ਚੰਗੀ ਤਰ੍ਹਾਂ ਤਿਆਰੀ ਕਰੋ ਵੀਡੀਓਜ਼ ਕਾਫੀ ਸਾਰੀਆਂ ਪਾਈਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਹੀ ਕੁਐਸ਼ਨਸ ਜੁਨੇ ਉਹ ਪੁੱਛੇ ਜਾਣਗੇ ਸੋ ਇੱਕ ਵਾਰੀ ਸਾਰੀਆਂ ਵੀਡੀਓਜ਼ ਤੋਂ ਗੋ ਥਰੂ ਹੋ ਜਿਓ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਕਿ ਕਿਸ ਤਰ੍ਹਾਂ ਦੇ ਕੁਐਸਚਨਸ ਆ ਸਕਦੇ ਨੇ ਐਗਜ਼ਾਮ ਦੇ ਵਿੱਚ ਤੇ ਹਲੇ ਵੀ ਜੇ ਕਿਸੇ ਨੂੰ ਕੋਈ ਕਨਫਿਊਜ਼ਨ ਹੈ ਨਾਮ ਵੈਸੇ ਮੈਂ ਸਾਰਿਆਂ ਦੇ ਨੋਟ ਡਾਊਨ ਕਰ ਲੈਨੇ ਕਈ ਜੀ ਤਿੰਨ ਤਿੰਨ ਵਾਰੀ ਆਪਣੇ ਨਾਮ ਭੇਜ ਲੈਨੇ ਪਲੀਜ਼ ਉਹ ਨਾ ਭੇਜੋ ਕਿਉਂਕਿ ਕਨਫਿਊਜ਼ਨ ਹੁੰਦੀ ਹੈ ਸਾਨੂੰ ਵਾਰ-ਵਾਰ ਨੋਟ ਕਰਨ ਤੇ ਤੇ ਤੁਹਾਡੇ ਨਾਮ ਜੁਨੇ ਉਹ ਵੀ ਫਿਰ ਦੋ ਤਿੰਨ ਵਾਰੀ ਐਡ ਹੋ ਜਾਂਦੇ ਨੇ ਠੀਕ ਹੈ ਜੀ ਸੋ ਸਿਰਫ ਇੱਕ ਵਾਰੀ ਆਪਣਾ ਨਾਮ ਭੇਜੋ ਤੇ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਭੇਜੋ ਜੋ ਆਲਰੇਡੀ ਆਪਣੇ ਨਾਮ ਸੈਂਡ ਕਰ ਚੁੱਕੇ ਨੇ ਦੁਬਾਰਾ ਨਾ ਕਰਨ ਕਿਉਂ ਹੋ ਚੁਕੇ ਨੇ ਤੁਸੀਂ ਜਸਟ ਆਪਣੇ ਰੋਲ ਨੰਬਰਸ ਜੋ ਨੇ ਉਹ ਚੈੱਕ ਕਰਕੇ ਤੇ ਨੋਟ ਡਾਊਨ ਕਰਕੇ ਰੱਖੋ ਤੇ ਆਪਣੀ ਤਿਆਰੀ ਪੂਰੀ ਰੱਖੋ ਸੰਡੇ ਤੱਕ ਕਿਉਂਕਿ ਸਾਰਿਆਂ ਦਾ ਲੈਵਲ ਉਸ ਦਿਨ ਚੈੱਕ ਹੋ ਜਾਣਾ ਕਿ ਤੁਸੀਂ ਕਿੰਨਾ ਕੁ ਸਿੱਖਿਆ ਮੇਰੀਆਂ ਵੀਡੀਓਜ਼ ਤੋਂ ਕਮੈਂਟਸ ਤਾਂ ਬਹੁਤ ਅੱਛੇ ਦਿੰਨੇ ਹੋ ਤੇ ਉੱਥੇ ਤੁਹਾਡੇ ਮਾਰਕਸ ਜੋ ਨੇ ਉਹ ਵੀ ਬਹੁਤ ਅੱਛੇ ਹੁੰਦੇ ਨੇ 15 ਤੋਂ 13 ਦੇ ਰਾ ਆ ਜਾਂਦੇ ਨੇ ਹੁਣ ਰੀਅਲ ਟੈਸਟ ਦੇ ਵਿੱਚ ਪਤਾ ਲੱਗੇਗਾ ਜੀ ਤੁਹਾਡਾ ਲੈਵਲ ਜੋ ਹੈ ਹਲੇ ਕਿਸ ਪੱਧਰ ਤੱਕ ਤੁਹਾਡੀ ਤਿਆਰੀ ਹੋਈ ਹੈ ਸੋ ਉਮੀਦ ਕਰਦੇ ਆਂ ਕਿ ਜੀ ਤੁਹਾਡੇ ਸਾਰਿਆਂ ਦੇ ਲਈ ਇਹ ਟੈਸਟ ਜੋ ਹੈ ਕਾਫੀ ਯੂਸਫੁਲ ਰਹੇਗਾ ਸੋ ਬਾਕੀ ਜ਼ਰੂਰ ਸ਼ੇਅਰ ਕਰਿਓ ਜਿਨ੍ਹਾਂ ਨੇ ਹਲੇ ਤੱਕ ਆਪਣੀ ਜੋ ਹੈ ਨਾਮ ਨਹੀਂ ਲਿਖਵਾਏ ਤਾਂ ਕਿ ਉਹਨਾਂ ਨੂੰ ਵੀ ਜੋ ਹੈ ਇਸ ਚੀਜ਼ ਦਾ ਬੈਨੀਫਿਟ ਹੋਵੇ ਸੋ ਥੈਂਕ ਯੂ ਜੀ ਥੈਂਕਸ ਫॉर ਵਾਚਿੰਗ